ਸਤਿ ਸ਼੍ਰੀ ਅਕਾਲ ਸਾਰੇ ਕਿਸਾਨਾਂ ਨੂੰ, ਮੈਂ ਗੁਰਦੀਪ ਸਿੰਘ ਅਤੇ ਅੱਜ ਦੀ ਨਵੀਂ ਵੀਡੀਓ ਹੈ ਸਾਥੀ ਉਹ ਕੋਟਨ ਦੀ ਫਸਲ 'ਤੇ। ਕੋਟਨ ਦੀ ਫਸਲ ਤੁਸੀਂ ਦੇਖ ਰਹੇ ਹੋ ਅਜੀਤ 177 ਨਰਮਾ ਇਹ ਲੱਗਿਆ ਹੋਇਆ, ਥੋੜ੍ਹਾ ਜਿਹਾ ਓੜ ਲਾ ਕੇ ਫਲ ਚੁਕਾਇਆ ਗਿਆ ਹੈ ਇਸਨੂੰ। ਫੈਰਮੈਨ ਟਰੇਪ ਵੀ ਤੁਸੀਂ ਲੱਗੇ ਹੋਏ ਦੇਖ ਸਕਦੇ ਹੋ। ਪ੍ਰਕਿਰਤੀ ਦੀ ਦਇਆ ਦੇ ਨਾਲ ਗੁਲਾਬੀ ਸੁੰਡੀ ਬਹੁਤ ਵਧੀਆ ਤਰੀਕੇ ਨਾਲ ਕੰਟਰੋਲ ਹੋ ਗਈ, ਬਿਲਕੁਲ ਵੀ ਨਹੀਂ ਦਿਖਾਈ ਦੇ ਰਹੀ ਗੁਲਾਬੀ ਸੁੰਡੀ। ਹੁਣ ਤੁਸੀਂ ਨਰਮਾ ਦੇਖ ਰਹੇ ਹੋ ਅਤੇ ਸਾਥੀ ਤੁਹਾਨੂੰ ਕਹਿਣਾ ਚਾਹੁੰਦਾ, ਹੁਣ ਨਰਮੇ ਦੇ ਵਿੱਚ ਮੇਨ ਸਮੱਸਿਆ ਕੀ ਆਈ ਪਈ ਹੈ? ਨਰਮੇ ਦੇ ਵਿੱਚ ਸਾਥੀ ਉਹ ਮੇਨ ਸਮੱਸਿਆ ਸਾਟ ਮਾਰਨ ਦੀ ਆਈ ਪਈ ਹੈ। ਉਹਦਾ ਕੋਈ ਸਪੈਸੀਫਿਕ ਮਤਲਬ ਜਿਵੇਂ ਆਪਾਂ ਕਹਿ ਦਈਏ ਵੀ ਆਹ ਕਾਰਨ ਉਹ ਕਾਰਨ ਤਾਂ ਹਜੇ ਤੀਕਰ ਤਾਂ ਕਿਸੇ ਨੂੰ ਵੀ ਨਹੀਂ ਹਜੇ ਜਾਂਚ ਹੋਇਆ ਵੀ ਆਹ ਇਹਦਾ ਸਪਸ਼ਟ ਕਾਰਨ ਹੈ। ਪਰ ਹੁਣ ਚੱਲ ਰਹੇ ਹੈ, ਕੁਛ ਟਾਈਮ ਪਹਿਲਾਂ ਬਾਰਿਸ਼ਾਂ ਵਧੀਆ ਹੋਈਆਂ ਸੀ, ਬਹੁਤ ਠੀਕ ਠਾਕ ਬਾਰਿਸ਼ਾਂ ਹੋਈਆਂ ਸੀ, ਉਸ ਕਾਰਨ ਜਿਹੜੀ ਆਪਣੀ ਭੂਮੀ ਹੈ, ਜਿਹੜੀ ਆਪਣੀ ਸਰਪੇਸ ਹੈ ਭੂਮੀ ਦੀ, ਇਹ ਬਹੁਤ ਕੁੱਟੀ ਗਈ ਉੱਪਰ ਤੋਂ ਅਤੇ ਇਹ ਕਠੋਰ ਪੈ ਗਈ ਉੱਤੋਂ। ਤੁਸੀਂ ਦੇਖ ਸਕਦੇ ਹੋ ਕਠੋਰ ਪੈਣ ਕਰਕੇ ਇਹਦੇ ਵਿੱਚ ਏਅਰ ਦਾ ਪ੍ਰਵੇਸ਼ ਬਿਲਕੁਲ ਵੀ ਹੈ ਨਹੀਂ ਗਾ, ਏਅਰ ਦਾ ਪ੍ਰਵੇਸ਼ ਹੈ ਨਹੀਂ, ਤਾਂ ਕਰਕੇ ਸਾਥੀ ਉਹ ਆਪਣੇ ਇਹ ਨਰਮੇ ਥੋੜ੍ਹੇ ਜਿਹੇ ਸਾਟ ਮਾਰੇ। ਪਹਿਲਾਂ ਪਿਛਲੇ ਟਾਈਮਾਂ ਦੇ ਵਿੱਚ ਕੀ ਹੁੰਦਾ ਸੀ, ਕਿਸਾਨ ਇਸ ਟਾਈਮ ਦੇ ਵਿੱਚ ਕਸੀਆ ਆਪਦੇ ਮੋਢੇ ਦੇ ਉੱਤੇ ਰੱਖਦੇ ਹੁੰਦੇ ਸੀ ਜਦੋਂ ਗੇੜਾ ਮਾਰਦੇ ਸੀ ਖੇਤ ਦੇ ਵਿੱਚ। ਪਰ ਹੁਣ ਕੀ ਹੋਇਆ, ਅੱਜ ਕੱਲ੍ਹ ਇੰਨਾ ਪਤਾ ਨਹੀਂ ਜ਼ਮੀਂਦਾਰ ਮਿਹਨਤ ਕਰਨ ਤੋਂ ਘਬਰਾਉਂਦਾ ਹੈ, ਹੁਣ ਕੀ ਗੱਲ ਹੈ, ਅਤੇ ਹੁਣ ਕਸੀਆ ਨਹੀਂ ਮੋਢੇ ਤੋਂ ਹੁੰਦਾ ਸਿੱਧਾ, ਹੁਣ ਗੇੜਾ ਹੀ ਵੱਜਦਾ। ਟਾਈਮ ਟੂ ਟਾਈਮ ਤਾਂ ਨਰਮੇ ਦੇ ਵਿੱਚ ਗੇੜਾ ਵੀ ਨਹੀਂ ਵੱਜਦਾ, ਤਾਂ ਕਰਕੇ ਉਹ ਆਪਾਂ ਨੂੰ ਚੀਜ਼ਾਂ ਅਪਣਾਉਣੀਆਂ ਪੈਣੀਆਂ, ਤਾਂ ਹੀ ਆਪਣੇ ਖਰਚੇ ਕੱਢਣਗੇ, ਤਾਂ ਹੀ ਇਹ ਸਾਟ ਦੀ ਸਮੱਸਿਆ ਤੋਂ ਨਿਜਾਤ ਪਾਊਗੀ। ਇੱਕ ਭੂਮੀਆਂ ਦੇ ਜਿਹੜੇ ਖਾਰੇ ਪਾਣੀ ਲੱਗਦੇ ਆ ਉਹਨਾਂ ਕਰਕੇ ਪੀ ਐੱਚ ਵੀ ਉੱਪਰ ਥੱਲੇ ਹੋ ਗਿਆ, ਉਸ ਕਰਕੇ ਵੀ ਆਹ ਦਿੱਕਤ ਦਾ ਸਾਹਮਣਾ ਕਰ ਰਿਹਾ। ਪਰ ਹੁਣ ਸਭ ਤੋਂ ਵੱਡੀ ਤੁਹਾਨੂੰ ਗੱਲ ਦੱਸਾਂ, ਦਿੱਕਤ ਕਿੱਥੇ ਆ ਰਹੀ ਹੈ, ਨਿਊਟ੍ਰੈਂਟ ਦੇ ਵਿੱਚ ਦਿੱਕਤ ਆ ਰਹੀ ਹੈ, ਕਿਉਂਕਿ ਇਹ ਜਿਹੜਾ ਨਰਮਾ ਇਹ ਅਮੈਰੀਕਨ ਜਿਹੜੀ ਗਾਂ ਹੁੰਦੀ ਉਸ ਤਰੀਕੇ ਦੇ ਨਾਲ ਕੰਮ ਕਰਦਾ, ਉਸ ਤਰੀਕੇ ਦੇ ਨਾਲ ਇਹ ਭੋਜਨ ਲੈਂਦਾ ਅਤੇ ਆਪਾਂ ਇਸ ਨੂੰ ਭੋਜਨ ਉਪਲਬਧ ਨਹੀਂ ਕਰਾ ਪਾ ਰਹੇ ਪੂਰਾ, ਤਾਂ ਕਰਕੇ ਵੀ ਇਹ ਨਰਮਾ ਥੋੜ੍ਹਾ ਜਿਹਾ ਜਿਹੜਾ ਵਿਲਟ ਬੋਲਦੇ ਆ ਉਹਦੀ ਸਮੱਸਿਆ ਦੇ ਵਿੱਚ ਨਰਮੇ 'ਚ ਆ ਰਹੀ ਹੈ। ਕਿਉਂਕਿ ਨਰਮੇ ਤੁਸੀਂ ਦੇਖ ਰਹੇ ਹੋ ਕਿੰਨਾ ਕਿੰਨਾ ਫਾਲ ਚੱਕ ਚੁੱਕੇ, ਬਸ ਇਸ ਨੂੰ ਪਕਾਉਣ ਵਾਸਤੇ ਇਸ ਨਰਮੇ ਦੀ ਫਸਲ ਨੂੰ ਥੱਲੋਂ ਖੁਰਾਕੀ ਪੋਸ਼ਕ ਤੱਤ ਚਾਹੀਦੇ। ਤੁਹਾਨੂੰ ਤੁਸੀਂ ਜਾਣਦੇ ਹੋ ਇਹ ਨਰਮਾ ਦੀ ਜਿਹੜੀ ਬੀਟੀ ਕੋਟਨ ਹੈ ਇਹ ਸਾਥੀ ਉਹ ਜੜ੍ਹ ਬਹੁਤ ਘੱਟ ਗਹਿਰੀ ਹੁੰਦੀ ਹੈ, ਇਹਦੀ ਜੜ੍ਹ ਬਹੁਤ ਘੱਟ ਗਹਿਰੀ ਹੋਣ ਕਰਕੇ ਇਹ ਥੱਲੋਂ ਜ਼ਿਆਦਾ ਪੋਸ਼ਕ ਤੱਤੋਂ ਨਹੀਂ ਖਿੱਚ ਸਕਦਾ। ਜਿਵੇਂ ਜਿਵੇਂ ਆਪਾਂ ਧਰਤੀ ਦੇ ਥੱਲੇ ਜਾਂਦੇ ਹਾਂ ਉਸ ਤਰੀਕੇ ਨਾਲ ਹੀ ਪੋਸ਼ਕ ਤੱਤ ਵੱਧਦੇ ਜਾਂਦੇ, ਤਾਂ ਕਰਕੇ ਸਾਥੀ ਉਹ ਤੁਸੀਂ ਉੱਪਰੋਂ ਹੀ ਦਲਾਲ ਘੋਲ ਦੇ ਬਾਰੇ ਮੈਂ ਬਹੁਤ ਵਾਰੀ ਤੁਹਾਨੂੰ ਦੱਸ ਚੁੱਕਿਆ, ਨਿਊਟ੍ਰੈਂਟ ਦੇਣੇ ਆ ਦਲਾਲ ਘੋਲ ਦੇ ਨਾਲ, ਫਿਰ ਹੀ ਆਪਣੀ ਫਸਲ ਬਚ ਸਕਦੀ ਹੈ। ਦਲਾਲ ਘੋਲ 'ਤੇ ਥੋੜ੍ਹਾ ਬਹੁਤਾ ਜ਼ੋਰ ਦਿਓ, ਹੁਣੀ ਬਸ ਇੱਕ ਦੋ ਵੀਡੀਓ ਕਿਸਾਨਾਂ ਦੇ ਨਾਲ ਜਿਹਨਾਂ ਨੂੰ ਇਸ ਨਾਲ ਫਾਇਦਾ ਹੋਇਆ ਲੈ ਕੇ ਆ ਰਹੇ ਹਾਂ ਜਲਦ ਤੋਂ ਜਲਦ। ਦਲਾਲ ਘੋਲ 'ਤੇ ਜ਼ਰੂਰ ਤੁਸੀਂ ਜ਼ੋਰ ਦੇਣਾ, ਬਾਕੀ ਆਪਦੇ ਖੇਤ ਦੇ ਵਿੱਚ ਕਚਰਾ ਵਗੈਰਾ ਜੋ ਵੀ ਹੈ ਸਾਫ਼ ਕਰਕੇ ਰੱਖਣਾ ਚਾਹੀਦਾ, ਕਿਉਂਕਿ ਇਹਨਾਂ ਦੇ ਉੱਤੇ ਹੀ ਕਚਰੇ ਦੇ ਉੱਤੇ ਹੀ ਜ਼ਿਆਦਾ ਇਨਸੈਕਟ ਦਾ ਅਟੈਕ ਹੁੰਦਾ, ਇਨਸੈਕਟ ਦਾ ਅਟੈਕ ਹੁੰਦੇ ਹੀ ਉਹ ਤੋਂ ਬਾਅਦ ਆਪਣੀ ਇਹ ਫਸਲ 'ਤੇ ਆਉਂਦਾ। ਆਹ ਵੀ ਤੁਸੀਂ ਲੱਗੀ ਹੋਈ ਵਰਾਇਟੀ ਦੇਖ ਰਹੇ ਹੋ ਆਪਣੇ ਜ਼ਿਆਦਾ ਏਰੀਏ ਦੇ ਵਿੱਚ, ਇਹ ਅਜੀਤ ਨਰਮੇ ਦੀ ਭਰਮਾਰ ਹੈ, ਇੱਥੇ ਅਜੀਤ ਨਰਮਾ ਲੱਗਿਆ ਹੋਇਆ। ਜੇ ਕੋਈ ਵੀ ਗੱਲ ਪੁੱਛਣੀ ਹੋਵੇ ਕਿਸੇ ਕਿਸਾਨ ਸਾਥੀ ਨੂੰ ਤਾਂ ਕਮੈਂਟ ਕਰਕੇ ਮੈਸੇਜ ਕਰਕੇ ਪੁੱਛ ਸਕਦਾ, ਪਰ ਆਪਾਂ ਸਾਰੀਆਂ ਗੱਲਾਂ ਇਸ ਇਹਨਾਂ ਵੀਡੀਓ ਦੇ ਵਿੱਚ ਕੰਪਲੀਟ ਕਰ ਦਿੰਦੇ ਹਾਂ। ਠੀਕ ਹੈ ਸਾਥੀ, ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ।